ਸਾਨੂੰ ਪ੍ਰਾਪਤ ਹੋਇਆ ਅਸੀਂ ਦੇਖ ਸਕਦੇ ਹਾਂ, ਜਦਕਿ ਅਸੀਂ ਨਜ਼ਰ ਸਾਡੀ ਘੱਟਦੀ ਜਾਂਦੀ ਹੈ, ਅਸੀਂ ਸ਼ੀਸ਼ੇ ਚੇਂਜ ਕਰਦੇ ਰਹਿੰਦੇ ਹਾਂ। ਸੋ ਇਹ ਜੋ ਵੇਖਣ ਵਾਲਾ ਜਿਹੜਾ ਸਲੀਕਾ ਹੈ, ਇਹ ਤਾਕਤ ਹੈ ਮਾਂ ਭਗਵਤੀ ਦੀ, ਹੱਥਾਂ ਵਿੱਚ ਕੰਮ ਕਰਨ ਦੀ, ਪੈਰਾਂ 'ਚ ਚੱਲਣ ਦੀ, ਮੁੱਖ ਦੇ ਵਿੱਚ ਬੋਲਣ ਦੀ, ਕੰਨਾਂ ਨਾਲ ਸੁਣਨ ਦੀ। ਇਹ ਮਸਤਿਸ਼ਕ ਜਿਹੜਾ ਹੈ, ਸੋਚੇ ਸੋਚ ਨਾ ਹੋਵੀਏ ਜੇ ਸੋਚੇ ਲਖਵਾਰ, ਇਹ ਸੋਚਾਂ ਸੋਚਦਾ ਰਹਿੰਦਾ ਹੈ ਮਸਤਿਸ਼ਕ। ਇਸ ਦੇ ਵਿੱਚ ਚੰਗੀ ਸੋਚ ਤਦੇ ਆਉਂਦੀ ਹੈ, ਮਾਂ ਦੀ ਕਿਰਪਾ ਹੁੰਦੀ। ਇਸ ਕਰਕੇ ਅਸੀਂ ਅੱਜ ਕਿਰਪਾ ਪ੍ਰਾਪਤ ਕਰਨ ਵਾਸਤੇ ਆਏ ਹਾਂ ਮਾਂ ਦੇ ਚਰਨਾਂ ਦੇ ਵਿੱਚ। ਮੇਰੇ ਨਾਲ ਛੋਟੀ ਜਿਹੀ ਮੰਡਲੀ, ਇਹ ਮੇਰੇ ਵੀਰ ਕਲਕੱਤਾ ਤੋਂ ਰਵੀ ਭੱਟਾਚਾਰੀਆ, ਬਹੁਤ ਹੀ ਅਲਾ ਦਰਜੇ ਦੇ ਮਾਸਟਰ ਮੇਰੇ ਨਾਲ, ਔਰ ਇਹਨਾਂ ਦਾ ਵੀ ਅੱਜ ਕਹਿੰਦੇ ਦਾਣਾ ਪਾਣੀ ਖਿੱਚ ਕੇ ਲਿਆਂਦਾ, ਕੌਣ ਕਿਸੇ ਦਾ ਖਾਂਦਾ ਵੇ। ਇਹ ਸਭ ਚੁਣ ਚੁਣ ਕੇ ਮਾਂ ਹਾਂ ਆਪਣੇ ਆਪਣੇ ਸੇਵਕਾਂ ਨੂੰ ਆਪਣੇ ਦਰ ਤੇ ਬੁਲਾਉਂਦੀ ਹੈ, ਔਰ ਉਹਨਾਂ ਨੂੰ ਉਹ ਪ੍ਰਸ਼ਾਦ ਚਖਾਉਂਦੀ ਹੈ ਜਿਸ ਪ੍ਰਸ਼ਾਦ ਨਾਲ ਸਰੀਰ ਨਿਰੋਗ ਹੋ ਜਾਂਦਾ। ਸੋ ਇਹ ਮੇਰੇ ਵੀਰ, ਇਹ ਪਾਕਿਸਤਾਨ ਤੋਂ ਨੇ, ਹਿੰਦੂ ਨੇ, ਪਰ ਬਹੁਤ ਹੀ ਅੱਛਾ ਮਾਂ ਦੇ ਨਾਲ ਲੱਗੇ ਹੋਏ, ਮਾਂ ਦੀ ਕਿਰਪਾ ਦੇ ਨਾਲ ਪ੍ਰਾਪਤ ਕਰਕੇ ਉਹ ਸਮਾਂ ਜੋ ਹੈ ਉਹ ਬਹੁਤ ਵਧੀਆ ਗੁਜ਼ਾਰ ਰਹੇ। ਰਮੇਸ਼ ਲਾਲ ਜੀ, ਇਹ ਵੀ ਮੇਰੇ ਨਾਲ ਮੰਡਲੀ ਦੇ ਵਿੱਚ ਆਏ ਹੈ, ਇਹਨਾਂ ਲਈ ਵੀ ਮਾਂ ਭਗਵਤੀ ਦੀ ਪਾਤਸ਼ਾਹ। ਇਹ ਮੇਰੇ ਛੋਟੇ ਵੀਰ ਡਾਕਟਰ ਸਾਹਿਬ, ਇਹਨਾਂ ਨੂੰ ਬਹੁਤ ਹੀ ਮਾਂ ਦੇ ਨਾਲ ਲਗਨ ਹੈ, ਹਰ ਪਲ ਹਰ ਘੜੀ ਪੂਰੇ ਪਰਿਵਾਰ, ਕਿਉਂਕਿ ਬਜ਼ੁਰਗ ਸਿਖਾਉਂਦੇ ਨੇ ਨਾ, ਸਾਡੇ ਤੋਂ ਪਹਿਲਾਂ ਬਜ਼ੁਰਗ ਇਹਨਾਂ ਦੇ ਹੀ ਮੰਗਦੇ ਰਹੇ ਹੈ, ਇਹਨਾਂ ਤੋਂ ਹੀ ਮੰਗਦੇ ਰਹੇ, ਔਰ ਦਾਤੀ ਦਿੰਦੀ ਰਹੀ ਹੈ, ਕਿਉਂ ਇਹਨਾਂ ਦਾ ਨਾਂ ਦਾਤੀ ਹੈ, ਸਾਨੂੰ ਵੀ ਦੇ ਰਹੀ ਹੈ, ਅੱਗੇ ਸਾਡੇ ਅੱਗੇ ਜੋ ਜਨਰੇਸ਼ਨ ਆਏਗੀ ਛੋਟੇ ਬੱਚੇ ਉਹਨਾਂ ਨੂੰ ਵੀ ਦੇਣ ਵਾਲੀ। ਇਸ ਕਰਕੇ ਇਹ ਜਗਤ ਕਲਿਆਣੀ ਦਾਤੀ ਮਾਂ ਭਗਵਤੀ ਦੇ ਚਰਨਾਂ ਦੇ ਵਿੱਚ ਅਸੀਂ ਬੈਠੇ, ਜਿਨ੍ਹਾਂ ਦੀ ਕਿਰਪਾ ਸਾਨੂੰ ਪ੍ਰਾਪਤ ਹੋ ਰਹੀ ਹੈ, ਸ਼ਕਤੀ ਸਾਡੇ ਸਰੀਰ ਦੇ ਵਿੱਚ ਸੰਚਾਰ ਕਰ ਰਹੀ ਹੈ, ਚੱਲ ਰਹੀ ਹੈ, ਇਸ ਸ਼ਕਤੀ ਦੇ ਨਾਲ ਅਸੀਂ ਇਸ ਤੋਂ ਸੋਨੇ ਤੋਂ ਸੁਹਾਗਾ ਕਰਨਾ ਹੈ। ਕਿਸ ਤਰ੍ਹਾਂ ਕਰਨਾ ਹੈ?